ਗੱਲ ਪੰਜਾਬ ਦੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨਿਤਿਕਾ ਸਵਾਗਤ ਕਰਦੀ ਹਾਂ। ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਵਿੱਚ ਆਪਾਂ ਅੱਜ ਦੀਆਂ ਮੁੱਖ ਖਬਰਾਂ ਉੱਤੇ ਕਰਾਂਗੇ ਗੱਲਬਾਤ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਸਾਡੇ ਸੀਨੀਅਰ ਤੇ ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਹੀ ਜੀ ਦਾ। ਸਤਿ ਸ਼੍ਰੀ ਅਕਾਲ ਪਲਾਹੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਿਤਿਕਾ ਜੀ। ਪਲਾਹੀ ਜੀ, ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ। ਪਲਾਹੀ ਜੀ, ਚੋਣ ਕਮਿਸ਼ਨ ਨੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਉੱਤੇ ਸਖਤੀ ਕੀਤੀ ਹੈ, ਨਮੋ ਟੀਵੀ ਦੇ ਲਾਂਚ ਕੀਤੇ ਪ੍ਰੋਗਰਾਮਾਂ ਉੱਤੇ ਚੋਣ ਕਮਿਸ਼ਨ ਨੇ ਇਤਰਾਜ਼ ਕਿਉਂ ਕੀਤਾ? ਤਾਲ ਕਟੋਰਾ ਗਰਾਊਂਡਸ ਦਿੱਲੀ ਵਿੱਚ ਭਾਜਪਾ ਨੇ ਆਪਣਾ ਇੱਕ ਪ੍ਰੋਗਰਾਮ 31 ਮਾਰਚ ਨੂੰ ਆਯੋਜਿਤ ਕੀਤਾ ਜੀ, ਜਿਸ ਨੂੰ ਵੱਖੋ ਵੱਖਰੇ ਥਾਵਾਂ ਦੇ ਉੱਤੇ ਲਗਭਗ 50 ਥਾਵਾਂ ਦੇ ਉੱਤੇ ਪ੍ਰਸਾਰਿਤ ਕੀਤਾ ਗਿਆ ਔਰ ਉਸ ਦੀਆਂ ਵੀਡੀਓਜ਼ ਬਣਾ ਕੇ ਆਮ ਲੋਕਾਂ ਦੇ ਵਿੱਚ ਵੰਡੀਆਂ ਗਈਆਂ ਜੀ। ਇਹ ਪ੍ਰੋਗਰਾਮ ਅਸਲ ਵਿੱਚ ਭਾਜਪਾ ਦਾ ਸੀ, ਜਿਸ ਨੂੰ ਦੂਰਦਰਸ਼ਨ ਦੇ ਉੱਤੇ ਪੂਰੀ ਤਰ੍ਹਾਂ ਪ੍ਰਸਾਰਿਤ ਕਰਕੇ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਜੀ। ਜਦੋਂ ਕਿ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ ਤੇ ਇਹ ਚੋਣ ਜਾਬਤਾ ਦੂਰਦਰਸ਼ਨ ਦੇ ਉੱਤੇ ਵੀ ਉਵੇਂ ਲਾਗੂ ਹੈ ਜਿਵੇਂ ਦੇਸ਼ ਦੇ ਹੋਰ ਦਫ਼ਤਰਾਂ ਵਿੱਚ ਜਾਂ ਹੋਰ ਸਾਰੇ ਕਾਰਜਾਂ ਦੇ ਵਿੱਚ, ਕਿ ਤੁਸੀਂ ਕਿਸੇ ਨਵੀਂ ਸਕੀਮ ਦਾ ਉਦਘਾਟਨ ਨਹੀਂ ਕਰ ਸਕਦੇ, ਤੁਸੀਂ ਸਰਕਾਰੀ ਤੰਤਰ ਨੂੰ ਕਿਸੇ ਢੰਗ ਦੇ ਨਾਲ ਨਹੀਂ ਵਰਤ ਸਕਦੇ ਜੀ। ਇਸ ਮਾਮਲੇ ਦੇ ਬਾਰੇ ਬਹੁਤ ਸਾਰੇ ਪਹਿਲਾਂ ਵੀ ਚੋਣ ਕਮਿਸ਼ਨ ਨੇ ਵੱਖੋ ਵੱਖਰੀਆਂ ਪਾਰਟੀਆਂ ਨੂੰ ਨੋਟਿਸ ਜਾਰੀ ਕੀਤੇ ਨੇ। ਇਹ ਨੋਟਿਸ ਭਾਜਪਾ ਨੂੰ ਇਸ ਕਰਕੇ ਜਾਰੀ ਕੀਤਾ ਗਿਆ ਕਿ ਨਰਿੰਦਰ ਮੋਦੀ ਨੂੰ ਮੈਂ ਚੌਕੀਦਾਰ ਹਾਂ ਪ੍ਰੋਗਰਾਮ ਜਿਹੜਾ ਹੈ ਉਹ ਲੈ ਕੇ ਔਰ ਉਸ ਨੂੰ ਵੱਖੋ ਵੱਖਰੇ ਥਾਵਾਂ ਦੇ ਉੱਤੇ ਪ੍ਰਸਾਰਿਤ ਕਰਨ ਦੇ ਮਾਮਲੇ ਵਿੱਚ ਹੈ। ਤਾਲ ਕਟੋਰਾ ਗਰਾਊਂਡ ਦੇ ਵਿੱਚ ਚੌਕੀਦਾਰ ਇਕੱਠੇ ਹੋਏ ਸਨ, ਯਾਨੀ ਭਾਜਪਾ ਦੇ ਵਰਕਰ ਤੇ ਭਾਜਪਾ ਦੇ ਨੇਤਾ ਇਕੱਠੇ ਹੋਏ ਸਨ। ਭਾਜਪਾ ਦੇ ਵਰਕਰਾਂ ਤੇ ਨੇਤਾਵਾਂ ਦਾ ਸਿੱਧਾ ਪ੍ਰਸਾਰਣ ਜਿਹੜਾ ਹੈ ਲਗਾਤਾਰ ਹੋ ਰਿਹਾ ਸੀ ਔਰ ਭਾਰਤ ਦੇ ਕੋਨੇ ਕੋਨੇ ਵਿੱਚ ਜਾ ਰਿਹਾ ਸੀ। ਬਿਲਕੁਲ, ਚੋਣ ਕਮਿਸ਼ਨ ਨੇ ਇਸ ਗੱਲ ਦਾ ਬਹੁਤ ਵੱਡਾ ਨੋਟਿਸ ਲਿਆ ਹੈ ਔਰ ਇਹ ਮਹਿਸੂਸ ਕੀਤਾ ਹੈ ਕਿ ਹਾਕਮ ਧਿਰ ਜਿਹੜੀ ਹੈ, ਜਿਹੜੀ ਕਿ ਹੁਣ ਸਹੀ ਮਹੀਨਿਆਂ ਦੇ ਵਿੱਚ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਹੈ ਸਾਡੇ ਕੋਲ, ਉਹਦੇ ਅੰਡਰ ਹੀ ਚੱਲਣ ਵਾਲੀ ਇਹ ਸਰਕਾਰ ਹੈ, ਉਸ ਦੀ ਪਾਰਟੀ ਵੱਲੋਂ ਲਗਾਤਾਰ ਚੋਣਾਂ ਦੇ ਉਸ ਪੈਨਲ ਦੀ ਉਲੰਘਣਾ ਕੀਤੀ ਜਾ ਰਹੀ ਹੈ ਜਿਸ ਦੀ ਉਲੰਘਣਾ ਕੀਤੀ ਜਾਣੀ ਨਹੀਂ ਬਣਦੀ। ਉਹਨਾਂ ਵੱਲੋਂ ਆਪਣੇ ਤੌਰ ਤੇ ਪ੍ਰਚਾਰ ਤਾਂ ਹੋਵੇ, ਉਹਨਾਂ ਵੱਲੋਂ ਵੱਖੋ ਵੱਖਰੇ ਪ੍ਰਾਈਵੇਟ ਚੈਨਲ ਦੇ ਉੱਤੇ ਆਪਣੀ ਗੱਲ ਕੀਤੀ ਜਾਵੇ, ਉਹਨਾਂ ਵੱਲੋਂ ਰੇਡੀਓ ਜਾਂ ਦੂਰਦਰਸ਼ਨ ਜਿਹੜਾ ਕਿ ਸਰਕਾਰੀ ਅਦਾਰਾ ਹੈ, ਇੱਕ ਉਹ ਭਾਵੇਂ ਕਿ ਉਹ ਇੱਕ ਰਜਿਸਟਰਡ ਅਦਾਰਾ ਹੈ ਪਰ ਹੈ ਸਰਕਾਰ ਦੇ ਅੰਦਰ ਹੈ, ਇਸ ਕਰਕੇ ਉਸ ਦੇ ਕਿਸੇ ਸਾਧਨ ਨੂੰ ਵਰਤਿਆ ਨਹੀਂ ਜਾ ਸਕਦਾ। ਚੋਣ ਪ੍ਰਚਾਰ ਪੂਰੀ ਤਰ੍ਹਾਂ ਹੁਣ ਮੰਗਿਆ ਹੋਇਆ, ਇਸ ਦੀਆਂ ਖਬਰਾਂ ਤਾਂ ਵੱਖੋ ਵੱਖਰੇ ਮਾਧਿਅਮ ਰਾਹੀਂ ਰੇਡੀਓ ਸਟੇਸ਼ਨ ਤੇ ਵੀ ਸੁਣਾਈਆਂ ਜਾ ਸਕਦੀਆਂ ਨੇ, ਦੂਰਦਰਸ਼ਨ ਦੇ ਉੱਤੇ ਵੀ ਇਹਨਾਂ ਦਾ ਪ੍ਰਸਾਰਣ ਹੋ ਸਕਦਾ ਹੈ, ਪਰ ਇਸ ਕਿਸਮ ਦਾ ਪ੍ਰਚਾਰ ਮਾਧਿਅਮ ਨੂੰ ਵਰਤ ਕੇ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਘੱਟੋ ਘੱਟ ਇਸ ਚੋਣ ਮੁਹਿੰਮ ਦੇ ਦੌਰਾਨ ਪਹਿਲਾ ਇਹ ਹੋ ਹੱਲਾ ਸੀ। 11 ਅਪ੍ਰੈਲ ਨੂੰ ਚੋਣਾਂ ਹੋਣੀਆਂ ਨੇ, 23 ਮਈ ਨੂੰ ਉਹਨਾਂ ਦਾ ਐਲਾਨ ਕੀਤਾ ਜਾਣਾ ਵੀ ਕੌਣ ਜਿੱਤਿਆ ਕੌਣ ਹਾਰਿਆ, ਇਸ ਦੌਰਾਨ ਵੱਖੋ ਵੱਖਰੀਆਂ ਪਾਰਟੀਆਂ ਨੇ ਆਪਣੀ ਚੋਣ ਮੁਹਿੰਮ ਜਿਹੜੀ ਹੈ ਉਹ ਵੀ ਚਲਾਉਣੀ ਹੈ, ਪਰ ਇਸ ਗੱਲ ਦਾ ਧਿਆਨ ਰੱਖ ਕੇ ਚਲਾਉਣੀ ਹੈ ਕਿ ਉਹ ਸਰਕਾਰੀ ਤੌਰ ਤੇ ਨਾ ਸਰਕਾਰ ਦੀ ਗੱਡੀ ਵਰਤ ਸਕਦੇ ਹਨ ਨਾ ਸਰਕਾਰ ਦੇ ਹੋਰ ਸਾਧਨਾਂ ਦੀ ਵਰਤੋਂ ਕਰ ਸਕਦੇ ਹਨ। ਹਾਂ, ਜਿਹਨਾਂ ਲੋਕਾਂ ਨੂੰ ਸੁਰੱਖਿਆ ਮਿਲੀ ਹੋਈ ਹੈ ਉਹਨਾਂ ਦੇ ਕੋਲ CRPF ਦੇ ਜਾਂ ਪੁਲਿਸ ਦੇ ਮੁਲਾਜ਼ਮ ਉਹਨਾਂ ਦੇ ਨਾਲ ਨੇ ਜਾਂ ਜਿਹੜੀ ਸਿਕਿਉਰਿਟੀ ਉਹਨਾਂ ਦੇ ਨਾਲ ਹੈ ਉਹ ਲਗਾਤਾਰ ਉਹਨਾਂ ਦੇ ਨਾਲ ਰਹੇਗੀ, ਪਰ ਹੋਰ ਸਰਕਾਰੀ ਤੰਤਰ ਦਾ ਕੋਈ ਕੰਮ ਜਿਹੜਾ ਹੈ ਉਹਨਾਂ ਦੇ ਅੰਡਰ ਨਹੀਂ ਹੋਏਗਾ। ਜੀ ਜੀ, ਪਲਾਹੀ ਜੀ, ਮਨਪ੍ਰੀਤ ਤੋਂ ਬਾਅਦ ਡਾਕਟਰ ਸਿੱਧੂ ਨੇ ਬਠਿੰਡਾ ਤੋਂ ਚੋਣ ਲੜਨ ਤੋਂ ਨਾ ਕੀਤੀ ਹੈ, ਕੀ ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ? ਦੇਖੋ, ਪਿਛਲੀ ਵਾਰੀ ਬਠਿੰਡਾ ਤੋਂ ਸਾਡੇ ਮਾਨਯੋਗ ਖਜ਼ਾਨਾ ਮੰਤਰੀ ਲੜੇ ਸਨ ਬਾਦਲ ਸਾਹਿਬ ਮਨਪ੍ਰੀਤ ਜੀ, ਉਹਨਾਂ ਨੇ ਵੀ ਕਾਂਗਰਸ ਨੂੰ ਕਹਿ ਦਿੱਤਾ ਹੈ ਕਿ ਮੈਂ ਸਟੇਟ ਦੇ ਵਿੱਚ ਹੀ ਰਹਿਣਾ ਹੈ, ਉੱਪਰ ਨਹੀਂ ਜਾਣਾ। ਸਿੱਧੂ ਨਾਰਾਜ਼ ਹੋ ਗਈ, ਉਹ ਇਹ ਕਹਿੰਦੀ ਆ ਡਾਕਟਰ ਸਿੱਧੂ ਕਿ ਮੈਨੂੰ ਤਾਂ ਸੀਟ ਚਾਹੀਦੀ ਸੀ ਚੰਡੀਗੜ੍ਹ ਵਾਲੀ ਔਰ ਪਿਛਲੇ 2 ਮਹੀਨਿਆਂ ਤੋਂ ਮੈਂ ਉੱਥੇ ਚੋਣ ਪ੍ਰਚਾਰ ਕਰ ਰਹੀ ਹਾਂ ਪਰ ਮੈਨੂੰ ਸੀਟ ਨਹੀਂ ਦਿੱਤੀ ਗਈ, ਪਵਨ ਬੰਸਲ ਹੁਣਾਂ ਨੂੰ ਦੇ ਦਿੱਤੀ ਗਈ। ਹੁਣ ਉਹਨਾਂ ਨੇ ਇਹ ਕਹਿ ਦਿੱਤਾ ਵੀ ਮੇਰੀ ਨਾਰਾਜ਼ਗੀ ਕੋਈ ਨਹੀਂ ਹੈ ਪਰ ਮੈਂ ਪੰਜਾਬ ਦੇ ਵਿੱਚ ਕਿਸੇ ਹੋਰ ਥਾਂ ਤੋਂ ਸੀਟ ਨਹੀਂ ਲੜਨੀ। ਹਾਂ, ਇਹ ਗੱਲ ਵੱਖਰੀ ਹੈ ਕਿ ਜੇ ਪਵਨ ਬੰਸਲ ਮੈਨੂੰ ਕਹਿਣਗੇ ਕਿ ਤੂੰ ਮੇਰੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ, ਮੈਂ ਜ਼ਰੂਰ ਕਰਾਂਗੀ ਜੀ। ਦੇਖੋ, ਆਮ ਤੌਰ ਤੇ ਹੀ ਬਠਿੰਡਾ ਦੀ ਸੀਟ ਦੇ ਵਿੱਚ ਪਿਛਲੇ
ਅੱਠ ਨੌ ਵਾਰੀਆਂ ਦੇ ਵਿੱਚ ਜਿੰਨੀ ਵਾਰੀ ਵੀ ਇਲੈਕਸ਼ਨਾਂ ਹੋਈਆਂ ਨੇ ਬਾਹਰੋਂ ਆ ਕੇ ਉਮੀਦਵਾਰ ਚੋਣਾਂ ਲੜਦੇ ਰਹੇ ਨੇ, ਭੌਰਾ ਤੱਕ ਇੱਥੋਂ ਕੈਂਡੀਡੇਟ ਰਹੇ ਨੇ ਸੀਬੀਆਈ ਦੇ, ਕਾਂਗਰਸ ਦੇ ਵੀ ਵੱਖ ਵੱਖਰੇ ਲੀਡਰ ਇਸ ਚੋਣ ਦੇ ਵਿੱਚ ਮੁਕਾਬਲਾ ਕਰਦੇ ਰਹੇ ਨੇ। ਹਰਸਿਮਰਤ ਦੇ ਮੁਕਾਬਲੇ ਦੇ ਉੱਤੇ ਪਿਛਲੀ ਵਾਰੀ ਚੋਣ ਲੜਨ ਵਾਲੇ ਮਨਪ੍ਰੀਤ ਹਾਰ ਗਏ ਸਨ। ਇਹਦਾ ਮਤਲਬ ਇਹ ਨਹੀਂ ਕਿ ਉਹ ਅਸਲ ਮਹਿਨਿਆਂ ਦੇ ਵਿੱਚ ਹਰਸਿਮਰਤ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦੇ, ਪਰ ਮੇਰੀ ਸਮਝ ਕਹਿੰਦੀ ਹੈ ਕਿ ਉਹ ਸਟੇਟ ਪੋਲੀਟਿਕਸ ਦੇ ਵਿੱਚੋਂ ਸੈਂਟਰ ਦੀ ਪੋਲੀਟਿਕਸ ਦੇ ਵਿੱਚ ਨਹੀਂ ਆਉਣਾ ਚਾਹੁੰਦੇ, ਕਿਉਂਕਿ ਖਜ਼ਾਨਾ ਮੰਤਰੀ ਦੇ ਤੌਰ ਤੇ ਉਹਨਾਂ ਦਾ ਟੋਲ ਟੱਪਾ ਸਟੇਟ ਦੇ ਵਿੱਚ ਜ਼ਿਆਦਾ ਹੈ ਤੇ ਉੱਪਰ ਜਾ ਕੇ ਸਿਰਫ ਇੱਕ MP ਵਾਲਾ ਤਾਕਤ ਜਿਹੜੀ ਹੈ ਉਸ ਨੂੰ ਉਸ ਢੰਗ ਦੇ ਨਾਲ ਥੋੜੀ ਲੱਗਦੀ ਹੋਏਗੀ। ਮਾਮਲੇ ਦੇ ਉੱਤੇ ਕਾਂਗਰਸ ਦੇ ਕੋਲ ਇਹ ਨਹੀਂ ਹੈ ਕਿ ਵੱਖਰੋ ਵੱਖਰੇ ਹੋਰ ਜਿਹੜੇ ਲੋਕ ਨੇ ਨੇਤਾ ਨੇ ਉਹ ਚੋਣ ਲੜਨ ਵਾਲੇ ਨਹੀਂ ਹਨ। ਜੇ ਇੰਦਰ ਸਿੰਘ ਸਿੰਗਲਾ ਦਾ ਨਾਂ ਆ ਰਿਹਾ, ਗੁਰਮੀਤ ਸਿੰਘ ਉਹਨਾਂ ਦਾ ਨਾਂ ਆ ਰਿਹਾ, ਔਰ ਉੱਥੇ ਚੰਗੀ ਟੱਕਰ ਹੋਣ ਦੀ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇੱਕੋ ਇੱਕ ਇਹ ਚੋਣ ਤੇ ਫਿਰੋਜ਼ਪੁਰ ਦੀ ਚੋਣ ਜਿਹੜੀ ਕਿ ਬਾਦਲਾਂ ਲਈ ਉਹਨਾਂ ਦੀ ਨੱਕ ਰੱਖਣ ਤੇ ਨੱਕ ਨਾ ਰੱਖਣ ਵਾਲੀ ਗੱਲ ਬਣ ਕੇ ਉਹਨਾਂ ਦੀ ਇੱਜ਼ਤ ਦਾ ਸਵਾਲ ਬਣਿਆ ਹੋਇਆ, ਉਸ ਦੇ ਉੱਤੇ ਮੁਕਾਬਲਾ ਜਿਹੜਾ ਹੈ ਖੜਾ ਹੋਏਗਾ। ਪਰ ਕਾਂਗਰਸ ਨੇ ਪਿਛਲੇ ਕੱਲ ਹੀ 6 ਸੀਟਾਂ ਦਾ ਐਲਾਨ ਕਰ ਦਿੱਤਾ, 7 ਸੀਟਾਂ ਜਿਹੜੀਆਂ ਨਾ ਉਹਨਾਂ ਦਾ ਐਲਾਨ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਤੇ ਉਸ ਵੇਲੇ ਬਠਿੰਡਾ ਦੀ ਸੀਟ ਤੇ ਉੱਤੋਂ ਕੌਣ ਲੜੇਗਾ ਉਸ ਗੱਲ ਬਾਰੇ ਸਪਸ਼ਟ ਹੋਏਗਾ। ਪਰ ਇਸ ਮਾਮਲੇ ਤੇ ਮੈਨੂੰ ਜਾਪਦਾ ਹੈ ਕਿ ਡਾਕਟਰ ਸਿੱਧੂ ਜਿਹੜੀ ਹੈ ਉਹ ਨਾਰਾਜ਼ ਹੋਈ ਹੈ, ਉਹਨਾਂ ਨੂੰ ਇਸ ਗੱਲ ਦੀ ਆਸ ਸੀ ਕਿ ਉਹਨਾਂ ਦੇ ਸੰਬੰਧ ਤਾਂ ਸਿੱਧੇ ਉੱਪਰ ਸੋਨੀਆ ਗਾਂਧੀ ਦੇ ਪਰਿਵਾਰ ਦੇ ਨਾਲ ਨੇ, ਰਾਹੁਲ ਗਾਂਧੀ ਨੇ ਉਹਨਾਂ ਦੀ ਭੈਣ ਦੇ ਨਾਲ ਨੇ, ਔਰ ਉਹਨਾਂ ਦੇ ਨਾਲ ਹੀ ਗੱਲਬਾਤ ਕਰਕੇ ਉਹ ਪੋਲੀਟਿਕਸ ਦੇ ਵਿੱਚ ਆਏ ਸੀ। ਹੁਣ ਵੀ ਸਿਰ ਡਾਕਟਰ ਸਿੱਧੂ ਨੇ ਕਹਿ ਦਿੱਤਾ ਕਿ ਮੈਂ ਤਾਂ ਜੀ ਪਾਰਟੀ ਲਈ ਕੁਰਬਾਨੀ ਕੀਤੀ ਹੈ। ਜੀ ਮਤਲਬ ਇਹ ਹੁੰਦਾ ਵੀ ਅੰਗੂਰ ਖੱਟੇ ਤੇ ਅੰਗੂਰ ਮਿੱਠੇ ਵਾਲੀ ਗੱਲ ਵੀ ਕਰ ਲਈਏ ਤੇ ਰੂਹ ਕੌੜੀ ਵਾਲੀ ਗੱਲ ਵੀ ਕਰ ਲਈਏ, ਮੈਨੂੰ ਲੱਗਦਾ ਵੀ ਸਿੱਧੂ ਜੂੜੀ ਦੇ ਉੱਤੇ ਇਸ ਢੰਗ ਦੇ ਨਾਲ ਹੱਥ ਨਾ ਪਹੁੰਚੇ, ਰੂਹ ਕੌੜੀ ਵਾਲੀ ਗੱਲ ਜਿਹੜੀ ਹੈ ਉਹ ਜ਼ਿਆਦਾ ਗੰਭੀਰ ਆ। ਪਲਾਹੀ ਜੀ, ਭਾਰਤ 'ਚ ਹਵਾ ਪ੍ਰਦੂਸ਼ਣ ਕਾਰਨ 2017 'ਚ 12 ਲੱਖ ਤੋਂ ਵੀ ਵੱਧ ਮੌਤਾਂ ਹੋਈਆਂ, ਕੀ ਸਵੱਛ ਭਾਰਤ ਸਿਰਫ ਕਾਗਜ਼ੀ ਯੋਜਨਾ ਹੈ? ਇਸ ਮਾਮਲੇ ਤੇ ਕੀ ਕਹਿਣਾ ਚਾਹੋਗੇ? ਦੇਖੋ, ਸਵੱਛ ਭਾਰਤ ਯੋਜਨਾ ਤਾਂ ਇੱਕ ਫਲੋਪ ਹੋਈ ਯੋਜਨਾ ਹੈ, ਇਸ ਦੇ ਤਹਿਤ ਕਰੋੜਾਂ ਅਰਬਾਂ ਰੁਪਈਏ ਖਰਚ ਕੀਤੇ ਗਏ, ਗੰਗਾ ਤੇ ਹੋਰ ਦਰਿਆਵਾਂ ਦਰਿਆ ਜਿਹੜੇ ਨੇ ਉਹਨਾਂ ਨੂੰ ਸਵੱਛ ਕਰਨ ਦੀ ਗੱਲ ਹੋਈ, ਪਿੰਡਾਂ ਸ਼ਹਿਰਾਂ ਨੂੰ ਸਾਫ਼ ਸੁਥਰੇ ਬਣਾਉਣ ਦਾ ਕੰਮ ਜਿਹੜਾ ਹੈ ਮੋਦੀ ਸਰਕਾਰ ਨੇ ਆਰੰਭਿਆ। ਪਰ ਮੈਂ ਇਹ ਸਮਝਦਾ ਕਿ ਪਿੰਡਾਂ ਦੇ ਵਿੱਚ ਤੇ ਭਾਵੇਂ ਕੁਝ ਇੱਕ ਟੋਇਲਟਸ ਜਿਹੜੀਆਂ ਨੇ ਉਹ ਇਸ ਸਕੀਮ ਦੇ ਤਹਿਤ ਬਣੀਆਂ ਹੋਣਗੀਆਂ, ਜਿਹੜੀਆਂ ਕਿ ਪਹਿਲਾਂ ਵੀ ਕਾਂਗਰਸ ਸਰਕਾਰ ਦੇ ਵੇਲੇ ਬਣਿਆ ਕਰਦੀਆਂ ਸਨ, ਉਹ ਪ੍ਰੋਜੈਕਟ ਹੀ ਅੱਗੋਂ ਤੁਰਿਆ ਹੈ। ਉਸ ਨੂੰ ਮਨਰੇਗਾ ਦੇ ਤਹਿਤ ਵੀ ਬਣਾਉਣ ਦਾ ਇਹਨਾਂ ਨੇ ਯਤਨ ਕੀਤਾ ਹੈ, ਪਰ ਕਿਤਨਾ ਵੀ ਸਵੱਛ ਭਾਰਤ ਦੀ ਕੋਈ ਵੀ ਹਵਾ ਜਿਹੜੀ ਹੈ ਸਾਡੇ ਸਾਹਮਣੇ ਨਹੀਂ ਆ ਰਹੀ। ਕਾਰਨ ਇਹ ਹੈ ਕਿ ਗੰਦਗੀ ਇੰਨੀ ਪੈ ਚੁੱਕੀ ਹੈ, ਸਿਵਿਕ ਸੈਂਸ ਲੋਕਾਂ ਨੂੰ ਸਰਕਾਰ ਸਿਖਾ ਨਹੀਂ ਸਕੀ, ਕੋਈ ਵੀ ਸਮਾਜਿਕ ਅਦਾਰੇ ਜਿਹੜੇ ਨੇ ਲੋਕਾਂ ਨੂੰ ਇਹ ਗੱਲ ਸਮਝਾਉਣ ਦੇ ਵਿੱਚ ਕਾਮਯਾਬ ਹੀ ਨਹੀਂ ਹੋ ਸਕੇ ਕਿ ਸਾਫ਼ ਸੁਥਰਾ ਸਰੀਰ ਰੱਖੋ, ਸਾਫ਼ ਸੁਥਰੇ ਹੱਥ ਰੱਖੋ, ਸਾਫ਼ ਸੁਥਰਾ ਆਲਾ ਦੁਆਲਾ ਰੱਖੋ ਤੇ ਤੁਹਾਨੂੰ ਰੋਗ ਬਹੁਤੇ ਨਹੀਂ ਲੱਗਣਗੇ। ਤੁਹਾਨੂੰ ਹਾਨੀ ਹੋਏਗੀ, ਰਿਪੋਰਟ ਬੜੀ ਖਤਰਨਾਕ ਹੈ 2017 ਦੀ, ਉਹ ਰਿਪੋਰਟ ਬੇਸ਼ੱਕ ਦੀ ਰਿਪੋਰਟ ਤਿਆਰ ਕੀਤੀ ਗਈ ਹੈ ਜਿਹਦੇ ਵਿੱਚ ਭਾਰਤ ਵਿੱਚ 2017 ਦੇ ਵਿੱਚ 50 ਲੱਖ ਲੋਕ ਜਿਹੜੇ ਨੇ ਮਾਰੇ ਗਏ ਨੇ ਕੈਂਸਰ ਨਾਲ, ਸ਼ੂਗਰ ਨਾਲ ਜਾਂ ਹੋਰ ਬਿਮਾਰੀਆਂ ਨਾਲ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਦੇ ਵਿੱਚ 12 ਲੱਖ ਲੋਕ ਜਿਹੜੇ ਨੇ ਉਹ ਸਾਹ ਦੇ ਰੋਗਾਂ ਦੇ ਕਾਰਨ ਮਾਰੇ ਗਏ ਨੇ। ਉਹ ਹਵਾ ਦਾ ਪ੍ਰਦੂਸ਼ਣ ਜਿਹੜਾ ਹੈ ਲਗਾਤਾਰ ਹਿੰਦੁਸਤਾਨ ਦੇ ਵਿੱਚ ਵੱਧਦਾ ਜਾ ਰਿਹਾ, ਤੇ ਤੁਹਾਨੂੰ ਯਾਦ ਹੋਏਗਾ ਕਿ ਫਰੀਦਾਬਾਦ, ਨੋਇਡਾ ਤੇ ਦਿੱਲੀ ਦੇ ਵਿੱਚ ਜਿਹੜਾ ਪੂਰੇ ਦਾ ਪੂਰਾ ਏਰੀਆ ਹੈ ਜਿਸ ਵੇਲੇ ਪੰਜਾਬ ਤੇ ਹਰਿਆਣਾ ਦੇ ਵਿੱਚ ਪਰਾਲੀ ਜਲਾਈ ਜਾਂਦੀ ਹੈ, ਉੱਥੋਂ ਦਾ ਪ੍ਰਦੂਸ਼ਣ ਵੀ ਉਹਦੇ ਵਿੱਚ ਇਕੱਠਾ ਹੋ ਜਾਂਦਾ, ਕਿਉਂਕਿ 10-10 ਸਾਲਾਂ ਤੋਂ ਵੱਧ ਵਾਲੇ ਵਹੀਕਲ ਜਿਹੜੇ ਨੇ ਲਗਾਤਾਰ ਚੱਲਦੇ ਨੇ, ਉਹਨਾਂ ਵਿੱਚੋਂ ਜਿਸ ਕਿਸਮ ਦਾ ਧੂੰਆਂ ਨਿਕਲਦਾ ਉਹ ਪ੍ਰਦੂਸ਼ਣ ਪੈਦਾ ਕਰਨ ਲੱਗ ਪੈਂਦਾ। ਔਰ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਆ ਵੀ 2.5 ਸਾਲ ਦੇ ਬੱਚਿਆਂ ਦੀ ਉਮਰ ਜਿਹੜੀ ਆ ਹੋਰ ਵੀ ਛੋਟੀ ਹੋ ਗਈ। ਮਤਲਬ ਇਹ ਆ ਵੀ 5 ਸਾਲ ਦੀ ਉਮਰ ਤੱਕ ਬੱਚੇ ਜਿਹੜੇ ਜਨਮ ਲੈਂਦੇ ਨੇ, 2.5 ਸਾਲ ਦੀ ਉਮਰ ਤੱਕ ਹੀ ਉਹਨਾਂ ਦਾ ਜੀਵਨ ਖਤਮ ਹੋ ਜਾਂਦਾ। ਇਹ ਸਭ ਤੋਂ ਦਰਦਨਾਕ ਹਾਲਤ ਹੈ, ਔਰ ਇਹ ਆਮ ਤੌਰ ਤੇ ਹਵਾ ਦੇ ਪ੍ਰਦੂਸ਼ਣ ਦੇ ਨਾਲ ਹੋ ਰਿਹਾ। ਔਰ ਸਵੱਛ ਭਾਰਤ ਦੀ
ਫੂਕ ਜਿਹੜੀ ਆ ਉਹ ਇੱਥੇ ਨਿਕਲ ਜਾਂਦੀ, ਤੁਸੀਂ ਕਿਸੇ ਹਸਪਤਾਲ ਦੇ ਵਿੱਚ ਚਲੇ ਜਾਓ, ਤੁਸੀਂ ਕਿਸੇ ਸਰਕਾਰੀ ਅਦਾਰੇ ਵਿੱਚ ਚਲੇ ਜਾਓ, ਤੁਹਾਨੂੰ ਨਹੀਂ ਜਾਪੇਗਾ ਕਿ ਇੱਥੇ ਸਵੱਛ ਭਾਰਤ ਨਾਂ ਦੀ ਕੋਈ ਚੀਜ਼ ਹੈਗੀ ਆ। ਤੁਸੀਂ ਟੋਇਲਟ ਜਾ ਕੇ ਉੱਥੇ ਦੇਖੋ, ਗੰਦੇ ਤੁਰੇ ਫਿਰਦੇ ਨੇ, ਹਸਪਤਾਲਾਂ ਵਿੱਚ ਬੁਰਾ ਹਾਲ ਹੋਇਆ ਤੁਰਿਆ ਫਿਰਦਾ, ਤੁਰੀਆਂ ਫਿਰਦੀਆਂ ਨੇ, ਸਰਿੰਜਾਂ ਤੱਕ ਜਿਹੜੀਆਂ ਨੇ ਉਹ ਤੁਹਾਨੂੰ ਸ਼ਰੇਆਮ ਡਸਟਬਿਨਾਂ ਦੇ ਵਿੱਚ ਦਿਖਾਈ ਦੇਣਗੀਆਂ, ਉਹਨਾਂ ਨੂੰ ਸਾਂਭਣ ਸੰਭਾਲਣ ਦਾ ਕੋਈ ਢੰਗ ਤਰੀਕਾ ਨਹੀਂ ਅਪਣਾਇਆ ਜਾਂਦਾ। ਸੋ ਸਵੱਛ ਭਾਰਤ ਅਸਲ ਮਹਿਨਿਆਂ ਦੇ ਵਿੱਚ ਮੈਂ ਸਮਝਦਾ ਕਿ ਅਫਸਰਾਂ ਲਈ ਇੱਕ ਖਾਣ ਪੀਣ ਦਾ ਬਹੁਤ ਵਧੀਆ ਜ਼ਰੀਆ ਬਣ ਗਿਆ, ਜਿਹਦੇ ਨਾਲ ਉਹ ਆਪਣੇ ਉੱਪਰਲੇ ਨੇਤਾਵਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ। ਉਮਾ ਭਾਰਤੀ ਨੇ ਕਿਹਾ ਸੀ ਕਿ ਮੈਂ ਚੋਣ ਤਦ ਲੜੂੰ ਜੇ ਮੈਂ ਗੰਗਾ ਨੂੰ ਸਾਫ਼ ਕਰ ਲਊ। ਗੰਗਾ ਨੂੰ ਵਿਚਾਰੀ ਉਹ ਇਕੱਲੀ ਕੀ ਸਾਫ਼ ਕਰ ਲੈ, ਲੋਕ ਤੇ ਬੜੀ ਵੱਡੀ ਪੱਧਰ ਦੇ ਉੱਤੇ ਉੱਥੇ ਜਾਂਦੇ ਨੇ, ਗੰਦਗੀ ਫੈਲਾਉਂਦੇ ਨੇ, ਪਲਾਸਟਿਕ ਸੁੱਟਦੇ ਨੇ, ਬੜਾ ਯਤਨ ਹੁੰਦਾ ਉੱਥੋਂ ਦੀਆਂ ਵੱਖਰੀਆਂ NGOs ਵੱਲੋਂ ਵੀ ਕੋਈ ਸਾਫ਼ ਸੁਥਰਾ ਪ੍ਰਬੰਧ ਹੋ ਜਾਏ, ਪਰ ਹੋ ਨਹੀਂ ਸਕਦਾ। ਇਸੇ ਕਰਕੇ ਉਮਾ ਭਾਰਤੀ ਜਿਹੜੀ ਸੰਤਣੀ ਹੈ ਕਹਿੰਦੀ ਵੀ ਮੈਂ ਤਾਂ ਚੋਣਾਂ ਨਹੀਂ ਲੜਨੀਆਂ, ਇੱਥੇ ਸਵੱਛ ਭਾਰਤ ਵਾਲੀ ਕੋਈ ਗੱਲ ਹੀ ਹੈ ਨਹੀਂ। ਤੇ ਇਸ ਤਰ੍ਹਾਂ ਰਿਪੋਰਟਾਂ ਵੱਖੋ ਵੱਖਰੇ ਥਾਵਾਂ ਦੇ ਉੱਤੇ ਹੋਰ ਵੀ ਛਪਦੀਆਂ ਰਹਿੰਦੀਆਂ ਨੇ, ਜਿਹੜੀਆਂ ਕਿ ਸਵੱਛ ਭਾਰਤ ਦੇ ਸਕੀਮ ਦੀ ਪੂਰੀ ਤਰ੍ਹਾਂ ਫੂਕ ਕੱਢਦੀਆਂ ਨੇ। ਜੀ, ਮਾਇਆਵਤੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਉਮੀਦਵਾਰ ਹੈ, ਕਿੰਨੇ ਕਿ ਵਿਰੋਧੀ ਨੇਤਾ ਨੇ ਜਿਹੜੇ ਉਹ ਪ੍ਰਧਾਨ ਮੰਤਰੀ ਬਣਨ ਦੇ ਚਾਹਵਾਨ ਨੇ, ਇਹ ਦੱਸੋ। ਦੇਖੋ, ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਬਣਨ ਦੇ ਚਾਹਵਾਨ ਹੋਣਗੇ। ਉਸ ਦਾ ਕਾਰਨ ਹੈ ਕਿ ਮਹਾਗਠਬੰਧਨ ਜਿਹੜਾ ਕਰਨ ਦਾ ਯਤਨ ਹੋਇਆ ਸੀ, ਉਸ ਦੇ ਵਿੱਚ ਉੱਪਰਲੇ ਜਿਹੜੇ ਨੇਤਾ ਸੀ ਉਹ ਇਕੱਠੇ ਹੋਏ, ਵੱਖੋ ਵੱਖਰੀਆਂ ਘੱਟੋ ਘੱਟ ਪ੍ਰੋਗਰਾਮ ਦੀਆਂ ਗੱਲਾਂ ਹੋਈਆਂ, ਮੋਦੀ ਨੂੰ ਹਟਾਉਣ ਦੀਆਂ ਗੱਲਾਂ ਹੋਈਆਂ। ਭਾਜਪਾ ਨੇ ਕਿਹਾ ਵੀ ਅਸੀਂ ਦੇਸ਼ ਨੂੰ ਕਾਂਗਰਸ ਮੁਕਤ ਕਰ ਦੇਣਾ, ਤੇ ਮਹਾਗਠਬੰਧਨ ਨੇ ਕਿਹਾ ਵੀ ਅਸੀਂ ਦੇਸ਼ ਦੇ ਵਿੱਚੋਂ ਭਾਜਪਾ ਨੂੰ ਇੱਥੋਂ ਭਜਾ ਦੇਣਾ, ਮੋਦੀ ਨੂੰ ਭਜਾ ਦੇਣਾ। ਇਹ ਤਾਂ ਸਿਆਸੀ ਗੱਲਾਂ ਨੇ, ਪਰ ਅਸਲ ਵਿੱਚ ਧਰਤੀ ਤੇ ਕੀ ਵਾਪਰ ਰਿਹਾ ਇਹ ਵੇਖਣ ਵਾਲੀ ਗੱਲ ਹੈ। ਮਾਇਆਵਤੀ ਕਹਿੰਦੀ ਕਿ ਮੇਰਾ ਦਾਅ ਲੱਗ ਜਾਣਾ ਇਸ ਕਰਕੇ ਵੀ UP ਦੇ ਵਿੱਚੋਂ ਮੈਨੂੰ ਇੰਨੀਆਂ ਸੀਟਾਂ ਮਿਲ ਜਾਣੀਆਂ ਨੇ ਜਿਹਦੇ ਨਾਲ ਮੈਂ ਕਾਂਗਰਸ ਤੇ ਹੋਰ ਜਿਹੜੇ ਲਾਈਕ ਮਾਈਂਡਡ ਪਾਰਟੀਆਂ ਨੇ ਉਹਨਾਂ ਦੇ ਨਾਲ ਰਲ ਕੇ ਉਹਨਾਂ ਦੇ ਕੋਲ ਇੱਕੋ ਗੱਲ ਰੱਖਣੀ ਆ ਵੀ ਪ੍ਰਧਾਨ ਮੰਤਰੀ ਮੈਨੂੰ ਬਣਾ ਦਿਓ। ਤੇ ਇਸੇ ਤਰ੍ਹਾਂ ਮਮਤਾ ਬੈਨਰਜੀ ਦੇ ਵੀ ਮਨ ਵਿੱਚ ਇਹੋ ਹੀ ਗੱਲ ਹੈ, ਇਹੋ ਹੀ ਗੱਲ ਜਿਹੜੀ ਹੈ ਉਹ ਸ਼ਰਦ ਪਵਾਰ ਦੇ ਮਨ ਦੇ ਵਿੱਚ ਵੀ ਹੈ। ਤੇ ਇਧਰਲੇ ਪਾਸੇ ਤੁਸੀਂ ਦੇਖੋ ਮੁਲਾਇਮ ਸਿੰਘ ਯਾਦਵ ਕਹਿੰਦੇ ਨੇ ਕਿ ਭਾਈ ਮੈਨੂੰ ਪ੍ਰਧਾਨ ਮੰਤਰੀ ਬਣਾ ਦਿਓ, ਪਰ ਕੁਝ ਹੋਰ ਢੰਗ ਨਾਲ ਚੱਲਦੀ ਦਿਸਦੀ ਹੈ ਇਸ ਵੇਲੇ, ਕਿਉਂਕਿ UP ਦੇ ਵਿੱਚ ਵੀ ਕਾਂਗਰਸ ਨੇ ਆਪਣਾ ਪੂਰਾ ਦਬਦਬਾ ਬਣਾਉਣ ਦਾ ਯਤਨ ਕਰ ਲਿਆ ਹੈ। ਇੱਕ 21 ਸੀਟਾਂ ਉਹਨਾਂ ਨੇ ਇਹੋ ਜਿਹੀਆਂ ਚੁਣੀਆਂ ਨੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕੱਦਵਾਰ ਨੇਤਾ ਜਿਹੜੇ ਨੇ ਉਹ ਲਾਏ ਨੇ, ਕੁਝ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋਏ ਲੋਕ ਜਿਹੜੇ ਨੇ ਵੱਡੇ ਸਾਰੇ ਲੋਕ ਨੇ ਜਿਨ੍ਹਾਂ ਦਾ ਉੱਥੇ ਵੋਟ ਬੈਂਕ ਵੀ ਹੈ ਔਰ ਜਿਹੜੇ ਪਿਛਲੀਆਂ ਚੋਣਾਂ ਦੇ ਵਿੱਚ ਜਿੱਤਦੇ ਵੀ ਰਹੇ ਨੇ ਉਹਨਾਂ ਨੂੰ ਆਪਣੇ ਪਾਲੇ ਦੇ ਵਿੱਚ ਕਰ ਰਿਹਾ। ਤੇ ਜੇ UP ਦੇ ਵਿੱਚੋਂ 20-22 ਸੀਟਾਂ ਉਹ ਲੈ ਜਾਂਦੇ ਨੇ, ਜਿਸ ਗੱਲ ਦੀ ਸੰਭਾਵਨਾ ਬਣੀ ਹੋਈ ਹੈ, ਭਾਵੇਂ ਪਿਛਲੇ ਵਾਰੀ ਸਿਰਫ 2 ਸੀਟਾਂ ਦੇ ਉੱਤੇ ਜਾ ਕੇ ਸਿਮਟ ਗਏ ਸਨ, ਤੇ ਰਾਹੁਲ ਗਾਂਧੀ ਵੀ ਚਾਹੁਣਗੇ ਕਿ ਮੈਂ ਵੀ ਪ੍ਰਧਾਨ ਮੰਤਰੀ ਬਣ ਜਾ। ਇਸ ਜਿਸ ਵੇਲੇ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਗੱਲ ਹੋਈ ਸੀ, ਉਸ ਵੇਲੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਹੌਲੀ ਹੌਲੀ ਕਰਕੇ ਉਹਨਾਂ ਤੋਂ ਪਾਸਾ ਵੱਟ ਲਿਆ ਸੀ। ਪਰ ਮੈਨੂੰ ਯਾਦਦਾ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਜਿਹੜੀ ਹੈ, ਜਿਹੜੀ ਕਿ ਕਾਡਰ ਬੇਸ ਪਾਰਟੀ ਹੈ, ਭਾਵੇਂ ਕਿ ਕੁਝ ਸਮੇਂ ਤੋਂ UP ਦੇ ਵਿੱਚ ਬਿਹਾਰ ਦੇ ਵਿੱਚ ਉਸਦਾ ਕਾਡਰ ਜਿਹੜਾ ਹੈ ਨੀਵੇਂ ਪੱਧਰ ਤੇ ਚਲੇ ਗਿਆ, ਪਰ ਹਾਲੇ ਵੀ ਉਸ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਉਹਨਾਂ ਸੂਬਿਆਂ ਦੇ ਵਿੱਚ ਕਾਇਮ ਨੇ। ਤੋ ਇੰਨੇ ਕੁ ਵਿਅਕਤੀਆਂ ਦੇ ਨਾਂ ਆਪਾਂ ਹੁਣ ਤੱਕ ਗਿਣੇ ਚੁਣੇ ਸਾਹਮਣੇ ਲਿਆਂਦੇ ਨੇ, ਪਰ ਸੰਭਾਵਨਾ ਇਸ ਗੱਲ ਦੀ ਵੀ ਹੋ ਸਕਦੀ ਆ ਵੀ ਜਿਸ ਵੇਲੇ ਮਹਾਗਠਜੋੜ ਬਣੇ, ਇਲੈਕਸ਼ਨਾਂ ਤੋਂ ਬਾਅਦ ਹੀ ਬਣੇ, ਭਾਜਪਾ ਨੂੰ ਘੱਟ ਸੀਟਾਂ ਆਉਣ, ਕਾਂਗਰਸ ਨੂੰ ਉਹਦੇ ਬਰਾਬਰ ਸੀਟਾਂ ਆ ਜਾਣ, ਤੇ ਮੁੜ ਕੇ ਦੂਜੀਆਂ ਪਾਰਟੀਆਂ ਦੀ ਲੋੜ ਪੈ ਜਾਏ, ਭਾਜਪਾ ਵਾਲੇ ਉਹਨਾਂ ਦੇ ਤਾਂ ਹੀ ਅਪਰੋਚ ਕਰਦੇ ਨੇ ਜਾਂ ਕਾਂਗਰਸ ਵਾਲੇ ਉਹਨਾਂ ਤਾਂ ਹੀ ਅਪਰੋਚ ਕਰਦੇ ਨੇ, ਤੇ ਮੁੜ ਕੇ ਫਿਰ ਪ੍ਰਧਾਨ ਮੰਤਰੀ ਉਹਨਾਂ ਦੇ ਵਿੱਚੋਂ ਕਿਹੜਾ ਨਿਕਲ ਆਉਂਦਾ, ਇਹ ਸਮੇਂ ਦੀ ਗੱਲ ਹੈ ਜਿਹੜੀ ਸਮੇਂ ਦੇ ਬੁੱਕਲ ਵਿੱਚ ਲੁਕੀ ਹੋਈ ਹੈ। ਕਿਸੇ ਵੇਲੇ ਤੁਸੀਂ ਦੇਖੋ ਗੁਜਰਾਲ ਮੁੱਖ ਮੰਤਰੀ ਬਣ ਗਿਆ ਸੀ, ਉਸਦੀ ਸੰਭਾਵਨਾ ਹੀ ਨਹੀਂ ਸੀ ਕਿ ਉਹ ਮੁੱਖ ਮੰਤਰੀ ਬਣ ਜਾਏਗਾ। ਹੋਰ ਵੀ ਬਹੁਤ, ਚੰਦਰ ਸ਼ੇਖਰ ਨੂੰ ਮੁੱਖ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ ਸੀ, ਉਸ ਗੱਲ ਦੀ ਵੀ ਸੰਭਾਵਨਾ ਹੈ ਨਹੀਂ ਸੀ। ਇੰਦਰ ਕੁਮਾਰ ਗੁਜਰਾਲ ਜਿਹੜੇ ਨੇ ਉਹ ਪੰਜਾਬ ਦੀ ਸੀਟ ਤੋਂ ਜਲੰਧਰ ਤੋਂ ਜਿੱਤੇ ਹੋਏ ਸਨ, ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗੱਲ ਉਹਨਾਂ ਨੇ ਸੋਚੀ ਤੱਕ ਨਹੀਂ ਸੀ। ਤੇ ਇੱਥੋਂ ਤੱਕ ਕਿ ਤੁਸੀਂ ਦੇਖੋ ਵੀ ਮਨਮੋਹਨ ਸਿੰਘ ਜਿਹੜੇ ਕਿ ਕਾਂਗਰਸ ਦੇ ਬੜੇ ਵੱਡੇ ਵਰਕਰ ਤਾਂ ਸਨ,
ਪਰ ਅੱਛੇ ਬਿਊਰੋਕਰੇਟ ਸਨ, ਇਕਨੋਮੀ ਨੂੰ ਸਮਝਦੇ ਸਨ, ਉਹਨਾਂ ਦੀ ਸਫਾਈ ਨਹੀਂ ਲੱਗੀ ਔਰ 10 ਸਾਲ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇ ਰਹੇ, ਭਾਵੇਂ ਕਿ ਉਹਨਾਂ ਦੇ ਬਾਰੇ ਇਹ ਕਿਹਾ ਜਾਣ ਲੱਗ ਪਿਆ ਸੀ ਵੀ ਇਹ ਤਾਂ ਪ੍ਰੋਕਸੀ ਮਤਲਬ ਪ੍ਰਾਈਮ ਮਿਨਿਸਟਰ ਨੇ, ਪਰ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਬੜੇ ਉੱਦਮ ਮੰਤਰਾਲਿਆਂ ਦੇ ਨਾਲ ਹਿੰਦੁਸਤਾਨ ਦੀ ਇਕਨੋਮੀ ਨੂੰ ਠੀਕ ਕਰਨ ਦਾ ਯਤਨ ਵੀ ਕੀਤਾ। ਉਹ ਨਵਾਂ ਨਾਮ ਵੀ ਕੋਈ ਨਿਕਲ ਸਕਦਾ। ਪਲਾਹੀ ਜੀ, ਮਹਿਬੂਬ ਤੇ ਉਮਰ ਅਬਦੁੱਲਾ ਕਸ਼ਮੀਰ ਵਿੱਚ ਵੱਖਰਾ ਪ੍ਰਧਾਨ ਮੰਤਰੀ ਚਾਹੁੰਦੇ ਨੇ, ਭਾਜਪਾ ਤੇ ਪੀਟੀਪੀ 370 ਧਾਰਾ ਸੰਬੰਧੀ ਆਮੋ ਸਾਹਮਣੇ ਨੇ, ਕੀ ਬਣੇਗਾ ਕਸ਼ਮੀਰ ਦਾ? ਦੇਖੋ ਗੱਲ ਇਹ ਆ ਕਿ ਪੀਡੀਪੀ ਦੀ ਪ੍ਰਧਾਨ ਜਿਹੜੀ ਹੈ ਉਹ ਉਹਨੇ ਸਾਫ ਤੌਰ ਤੇ ਆਖ ਦਿੱਤਾ ਕਿ ਜੇ 370 ਧਾਰਾ ਖਤਮ ਕਰ ਦਿੱਤੀ ਤੇ ਸਮਝੋ ਕਸ਼ਮੀਰ ਜਿਹੜਾ ਹੈ ਉਹ ਤੁਹਾਡੇ ਹੱਥੋਂ ਗਿਆ, ਅਸੀਂ ਕਸ਼ਮੀਰ ਨੂੰ ਵੱਖਰਾ ਕਰ ਦਿਆਂਗੇ। ਜੀ ਬਿਲਕੁਲ। ਉਸ ਤੋਂ ਬਾਅਦ ਅਬਦੁੱਲਾ ਜਿਹੜਾ ਹੈ ਮੁੱਖ ਮੰਤਰੀ ਵੀ ਰਿਹਾ, ਉਸਨੇ ਵੀ ਕਿਹਾ ਵੀ 370 ਧਾਰਾ ਖਤਮ ਨਹੀਂ ਕਰਨੀ ਚਾਹੀਦੀ। ਤੇ ਪ੍ਰਧਾਨ ਮੰਤਰੀ ਦਾ ਅਹੁਦਾ ਜਿਹੜਾ ਪਿਛਲੇ ਕੁਝ ਸਾਲ ਪਹਿਲਾਂ, ਕੁਝ ਦਹਾਕੇ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ, ਪ੍ਰਧਾਨ ਮੰਤਰੀ ਦਾ ਅਹੁਦਾ ਉਸ ਨੂੰ ਖਤਮ ਕਰਕੇ ਮੁੱਖ ਮੰਤਰੀ ਦਾ ਅਹੁਦਾ ਬਣਾ ਦਿੱਤਾ ਗਿਆ ਸੀ, ਉਸ ਨੂੰ ਫੇਰ ਬਹਾਲ ਕਰਨ ਦਾ ਯਤਨ ਹੋ ਰਿਹਾ। ਅਸਲ ਮੈਨੇ ਵਿੱਚ 370 ਧਾਰਾ ਹੈ ਕਿ ਇਹ ਸਮਝਣ ਦੀ ਲੋੜ ਹੈ। ਇਸ ਮਾਮਲੇ ਦੇ ਉੱਤੇ ਭਾਜਪਾ ਨੇ ਦੋਗਲੀਆਂ ਗੱਲਾਂ ਕੀਤੀਆਂ ਨੇ, ਇਹ ਵੀ ਸਮਝਣ ਦੀ ਲੋੜ ਹੈ ਜੀ। 370 ਧਾਰਾ ਕਿਉਂ ਲਾਗੂ ਕਰਨੀ ਪਈ? ਇਹ ਧਾਰਾ ਨਹਿਰੂ ਪਰਿਵਾਰ ਨੇ ਜਾਂ ਨਹਿਰੂ ਜਿਸ ਵੇਲੇ ਪ੍ਰਧਾਨ ਮੰਤਰੀ ਬਣ ਗਏ ਸਨ 1947 ਦੇ ਵਿੱਚ, ਕੇਅਰ ਟੇਕਰ ਉਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਹਰੀ ਸਿੰਘ ਨਾਂ ਦੇ ਮਹਾਰਾਜੇ ਸਨ, ਜਿਹੜੇ ਚਾਹੁੰਦੇ ਸੀ ਕਿ ਅਸੀਂ ਆਪਣੀ ਵੱਖਰੀ ਸਟੇਟ ਰੱਖਣੀ ਹੈ, ਮਤਲਬ ਪਾਕਿਸਤਾਨ ਬਣ ਗਿਆ, ਜੰਮੂ ਕਸ਼ਮੀਰ ਵੱਖਰਾ ਰਹੇਗਾ, ਭਾਰਤ ਵੱਖਰਾ ਰਹੇਗਾ। ਪਰ ਪਾਕਿਸਤਾਨ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਤੇ ਇਹ ਕਿਹਾ ਵੀ ਅਸੀਂ ਇਹਨੂੰ ਹੜੱਪ ਲਈਏ ਤੇ ਆਪਣੇ ਨਾਲ ਲੈ ਲਈਏ। ਹਰੀ ਸਿੰਘ ਨੇ ਭਾਰਤ ਦੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਦੀ ਐਡਮਿਨਿਸਟ੍ਰੇਸ਼ਨ ਨਾਲ, ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਗੱਲਬਾਤ ਕੀਤੀ ਤੇ ਅਖੀਰ ਦੇ ਵਿੱਚ ਇਹ ਫੈਸਲਾ ਕਰ ਲਿਆ ਕਿ ਜੰਮੂ ਕਸ਼ਮੀਰ ਜਿਹੜਾ ਹੈ ਉਹ ਭਾਰਤ ਦਾ ਅੰਗ ਹੋਏਗਾ। ਉਸ ਵੇਲੇ ਸ਼ੇਖ ਅਬਦੁੱਲਾ ਜਿਹੜੇ ਸਨ ਉਹ ਜਿਉਂਦੇ ਸਨ, ਉਹਨਾਂ ਨੇ ਕਿਹਾ ਵੀ ਅਸੀਂ ਭਾਰਤ ਦੇ ਨਾਲ ਰਲਣ ਲਈ ਤਿਆਰ ਹਾਂ। ਉਹਨਾਂ ਨੇ ਇੱਕ ਏਜੰਡਾ ਤਿਆਰ ਕੀਤਾ ਜਿਹਦੇ ਤਹਿਤ ਜੰਮੂ ਕਸ਼ਮੀਰ ਨੂੰ ਸੂਬੇ ਨੂੰ ਭਾਰਤ ਨਾਲੋਂ ਵੱਖਰੇ, ਜਿਹੜੇ ਨੇ ਭਾਰਤ ਦੇ ਸੂਬਿਆਂ ਨਾਲੋਂ ਵੱਖਰੇ ਅਧਿਕਾਰ ਦਿੱਤੇ ਗਏ, ਸਪੈਸ਼ਲ ਅਧਿਕਾਰ ਦਿੱਤੇ ਗਏ। ਉੱਥੇ ਚੌਲਾਂ ਦੀ ਕੀਮਤ ਸਸਤੀ, ਚੀਜ਼ਾਂ ਸਸਤੀਆਂ, ਇੱਥੇ ਬਾਹਰਲੇ ਸੂਬਿਆਂ ਤੋਂ ਜਾ ਕੇ ਕੋਈ ਉੱਥੇ ਆਪਣੀ ਜਾਇਦਾਦ ਨਹੀਂ ਬਣਾ ਸਕਦਾ, ਬਹੁਤ ਸਾਰਾ ਕੁੱਝ ਜਿਹੜਾ ਹੈ 370 ਦੇ ਧਾਰਾ ਦੇ ਅਧੀਨ ਉੱਥੇ ਤੈਅ ਕਰ ਦਿੱਤਾ ਗਿਆ। ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਅਹੁਦਾ ਜਿਹੜਾ ਹੈ ਉੱਥੇ ਕਾਇਮ ਰੱਖਿਆ ਗਿਆ। ਇਸ ਵੇਲੇ ਪ੍ਰਧਾਨ ਮੰਤਰੀ ਦਾ ਅਹੁਦਾ ਕਾਇਮ ਰੱਖਿਆ ਗਿਆ, ਉਹਨਾਂ ਨੂੰ ਵੱਧ ਅਧਿਕਾਰ ਦੇ ਦਿੱਤੇ ਗਏ। ਉਹ ਅਧਿਕਾਰਾਂ ਨੂੰ ਖਤਮ ਕਰਨ ਲਈ ਪਿਛਲੇ ਸਮੇਂ ਦੇ ਵਿੱਚ ਖਾਸ ਤੌਰ ਤੇ ਭਾਜਪਾ ਜਿਹੜੀ ਹੈ ਉਸਨੇ RSS ਦੇ ਤੁੜਕੇ ਦੇ ਉੱਤੇ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਇਹ ਜਿਹੜੀ ਧਾਰਾ ਹੈ ਇਹ ਦੇਸ਼ ਵਿਰੋਧੀ ਹੈ। ਇਹ ਧਾਰਾ ਦੇਸ਼ ਵਿਰੋਧੀ ਸੀ ਤਾਂ PDP ਦੀ ਪ੍ਰਧਾਨ ਜਿਹੜੀ ਕਿ ਹੁਣ ਮੰਗ ਕਰਦੀ ਹੈ ਕਿ ਮੈਂ ਜੇ 370 ਦੀ ਧਾਰਾ ਖਤਮ ਕਰ ਦਿੱਤੀ ਤੇ ਉਸ ਵੇਲੇ ਅਸੀਂ ਕਸ਼ਮੀਰ ਜਿਹੜਾ ਹੈ ਇਸ ਤੋਂ ਵੱਖ ਹੋ ਜਾਏਗਾ, ਤੇ ਉਸ ਦੇ ਨਾਲ ਭਲਾ ਇਹਨਾਂ ਨੇ ਆਪਣਾ ਅਲਾਇੰਸ ਕਿਉਂ ਕੀਤਾ? PDP ਦੇ ਨਾਲ ਭਾਜਪਾ ਨੇ ਰਲ ਕੇ ਇਹ ਤੋਂ ਪਿਛਲੀ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਦੇਖ ਲਓ, ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਵਜ਼ਾਰਤ ਬਣਾਈ, ਉਹਨਾਂ ਦੇ ਨਾਲ ਜਾ ਕੇ ਹਕੂਮਤ ਕੀਤੀ, ਤੇ ਉਹੀ PDP ਵਾਲੇ ਲੋਕ ਜਿਹੜੇ ਨੇ ਹੁਣ ਇਹ ਕਹਿੰਦੇ ਨੇ ਵੀ ਜੇ 370 ਖਤਮ ਕਰ ਦਿੱਤੀ ਤੇ ਕਸ਼ਮੀਰ ਅਲੱਗ ਹੋ ਜਾਏਗਾ, ਤੇ ਜੇ ਅਸੀਂ ਚਾਹੁੰਦੇ ਹਾਂ ਉਹ ਕਹਿੰਦੇ ਵੀ ਇੱਥੋਂ ਹੀ ਸਾਡੇ ਤੱਕ ਅਸੀਂ ਸੀਮਤ ਨਹੀਂ ਆਪਣੇ ਆਪ ਨੂੰ ਰੱਖਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਵੀ ਮੁੱਖ ਮੰਤਰੀ ਦੇ ਥਾਂ ਤੇ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਸਾਡੀ ਸਟੇਟ ਦਾ ਬਣੇ, ਯਾਨੀ ਪੁਰਾਣੀ ਗੱਲ ਨੂੰ ਮੁੜ ਕੇ ਫੇਰ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਚਲੋ ਇਹ ਤਾਂ ਚੋਣ ਇਲੈਕਸ਼ਨ ਚੋਣ ਦੀਆਂ ਗੱਲਾਂ ਨੇ, ਚੋਣ ਦੇ ਵਿੱਚ ਨੇਤਾ ਲੋਕ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਨੇ, ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਪਰ 370 ਹਟਾਉਣ ਦੇ ਨਾਲ ਮੇਰੀ ਸਮਝ ਇਹ ਕਹਿੰਦੀ ਹੈ ਕਿ ਕਸ਼ਮੀਰ ਦੇ ਲੋਕਾਂ ਦੇ ਵਿੱਚ ਵੱਖਵਾਦ ਦੀ ਹਵਾ ਜਿਹੜੀ ਹੈ ਹੋਰ ਜ਼ਿਆਦਾ ਫੈਲੇਗੀ। ਤੇ ਪਰ ਦੂਜੇ ਪਾਸੇ RSS ਜਿਹੜੀ ਹੈ ਜਿਹੜੀ ਰਾਸ਼ਟਰਵਾਦ ਦਾ ਨਾਅਰਾ ਦਿੰਦੀ ਆ, ਉਹ ਇਸ ਕਰਕੇ ਰਾਸ਼ਟਰਵਾਦ ਦਾ ਨਾਅਰਾ ਜੰਮੂ ਕਸ਼ਮੀਰ ਦੇ ਵਿੱਚ ਵੀ ਉਸੇ ਢੰਗ ਦੇ ਨਾਲ ਲੈ ਕੇ ਜਾਣਾ ਚਾਹੁੰਦੀ ਆ ਕਿ ਉਹਦੇ ਨਾਲ ਕੁਝ ਇੱਕ ਹਿੰਦੂ ਲੋਕ ਜਾਂ ਕੁਝ ਇੱਕ ਵੋਟਾਂ ਸਾਨੂੰ ਮਿਲ ਜਾਣ, ਅਸੀਂ ਕੋਈ ਸੀਟ ਉੱਥੋਂ ਪ੍ਰਾਪਤ ਕਰ ਲਈਏ, ਭਾਵੇਂ ਬਹੁਤ ਥੋੜੀਆਂ ਸੀਟਾਂ ਨੇ ਉੱਥੇ MP ਵਾਲੀਆਂ, ਜਿਹਨਾਂ ਨੂੰ ਜਿੱਤ ਜਾਂ ਜਿਹਨਾਂ ਦੀ ਹਾਰ ਜਿਹੜੀ ਹੈ ਉਹ ਕੋਈ ਬਹੁਤਾ ਮਾਇਨਾ ਨਹੀਂ ਰਖਾਉਂਦੀ। ਪਰ ਰਾਸ਼ਟਰਵਾਦ ਦੇ ਮੁੱਦੇ ਨੂੰ ਇਸ ਮਸਲੇ ਤੇ ਉਭਾਰਨ ਦਾ ਜਿਹੜਾ ਯਤਨ ਹੈ ਪੂਰੇ ਦੇਸ਼ ਦੇ ਵਿੱਚ
ਆਰਐਸਐਸ ਦੇ ਰਾਹੀਂ ਭਾਜਪਾ ਜਿਹੜੀ ਆ ਲੈ ਕੇ ਜਾਣਾ ਚਾਹੁੰਦੀ ਆ। ਉਹਨਾਂ ਨੇ ਫੌਜੀ ਤਾਕਤ ਜਿਹੜੀ ਪਿਛਲੇ ਦਿਨਾਂ ਵਿੱਚ ਦਿਖਾਈ ਆ ਉਹਨੂੰ ਵੀ ਰਾਸ਼ਟਰਵਾਦ ਦੇ ਮਾਮਲੇ ਦੇ ਨਾਲ ਜੋੜ ਲੈਣਾ ਔਰ ਜੰਮੂ ਕਸ਼ਮੀਰ ਦੀ 370 ਧਾਰਾ ਨੂੰ ਵੀ ਰਾਸ਼ਟਰਵਾਦ ਦੇ ਨਾਲ ਜੋੜ ਕੇ ਆਪਣੀਆਂ ਵੋਟਾਂ ਜਿਹੜੀਆਂ ਉਹ ਪੱਕੀਆਂ ਕਰਨ ਦਾ ਭਾਜਪਾ ਵੱਲੋਂ ਯਤਨ ਹੋ ਰਿਹਾ। ਬਿਲਕੁਲ, ਅੱਜ ਦੀਆਂ ਖਾਸ ਖਬਰਾਂ ਉੱਤੇ ਜਾਣਕਾਰੀ ਦੇਣ ਲਈ ਪਲਾਹੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਦੋਸਤੋ, ਅੱਜ ਦਾ ਸਮਾਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਮਿਲਦੇ ਹਾਂ ਅਗਲੀ ਵਾਰ ਹੋਰ ਖਾਸ ਖਬਰਾਂ ਦੇ ਨਾਲ। ਵੇਖਦੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ, ਓਨਲੀ ਔਨ ਗੱਲ ਪੰਜਾਬ ਦੀ ਟੀਵੀ।